ਕੈਨੇਡੀਅਨ ਚੋਣਾਂ ਵਿੱਚ ਵਿਦੇਸ਼ੀ ਦਖਲਅੰਦਾਜ਼ੀ ਦੀ ਜਾਂਚ ਕਰਨ ਵਾਲੀ ਇੱਕ ਜਨਤਕ ਜਾਂਚ ਵਿੱਚ ਗਵਾਹੀ ਦਿੰਦੇ ਹੋਏ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਕੈਨੇਡੀਅਨਾਂ ਦੀ ਸੁਰੱਖਿਆ ਦੇ ਮੁੱਦੇ ਤੇ ਦ੍ਰਿੜ ਹੈ ਜਿਸ ਵਿੱਚ ਗਰਮਖਿਆਲੀ ਹਰਦੀਪ ਸਿੰਘ ਨੀਜਰ ਦੀ ਹਤਿਆ ਨੂੰ ਸੰਬੋਧਿਤ ਕਰਨਾ ਵੀ ਸ਼ਾਮਲ ਹੈ ਜਿਸ ਦਾ ਪਿਛਲੇ ਸਾਲ ਜੂਨ ਵਿੱਚ ਸਰੀ ਵਿੱਚ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ ਕਿਊਬਕ ਦੀ ਜੱਜ ਮੈਰੀ ਜੋਸ਼ੀ ਹੋਂਗ ਦੀ ਗਵਾਹੀ ਵਾਲੇ ਵਿਦੇਸ਼ੀ ਦਖਲਅੰਦਾਜ਼ੀ ਕਮਿਸ਼ਨ ਦੀ ਸੁਣਵਾਈ ਦੌਰਾਨ ਟਰੂਡੋ ਨੇ ਦੇਸ਼ ਦੀ ਪਿਛਲੀ ਕੰਜ਼ਰਵੇਟਿਵ ਸਰਕਾਰ ਤੇ ਮੌਜੂਦਾ ਭਾਰਤ ਸਰਕਾਰ ਨਾਲ ਨਰਮ ਰੁਖ ਅਪਣਾਉਣ ਦਾ ਦੋਸ਼ ਲਗਾਇਆ ਟਰੂਡੋ ਨੇ ਕਿਹਾ ਸਾਡੇ ਸਿਧਾਂਤ ਮੁਤਾਬਿਕ ਜੋ ਵੀ ਵਿਅਕਤੀ ਦੁਨੀਆ ਦੇ ਕਿਸੇ ਵੀ ਹਿੱਸੇ ਤੋਂ ਕੈਨੇਡਾ ਆਉਂਦਾ ਹੈ ਉਸ ਕੋਲ ਕੈਨੇਡੀਅਨ ਦੇ ਸਾਰੇ ਅਧਿਕਾਰ ਨੇ ਉਹ ਜ਼ਬਰੀ ਵਸੂਲੀ ਜ਼ਬਰਦਸਤੀ ਜਾਂ ਉਸ ਦੇਸ਼ ਤੋਂ ਦਖਲਅੰਦਾਜ਼ੀ ਤੋਂ ਮੁਕਤ ਹੁੰਦੇ ਨੇ ਜਿਸ ਨੂੰ ਛੱਡ ਕੇ ਆਉਂਦੇ ਨੇ ਅਸੀਂ ਕਿਵੇਂ ਇਹਨਾਂ ਨਾਲ ਖੜੇ ਹੁੰਦੇ ਹਾਂ ਉਹ ਨੀਜਰ ਦੇ ਕਤਲ ਦੇ ਗੰਭੀਰ ਮਾਮਲੇ 'ਚ ਦਿਖਾ ਚੁੱਕੇ ਹਾਂ ਜਿਸ ਦਾ ਮੁੱਦਾ ਅਸੀਂ ਸੰਸਦ ਚੁੱਕਿਆ ਸੀ ਇਹ ਕੈਨੇਡੀਨਾਂ ਦੇ ਅਧਿਕਾਰਾਂ ਅਤੇ ਆਜ਼ਾਦੀ ਦੀ ਰੱਖਿਆ ਲਈ ਸਾਡੀ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਉਹਨਾਂ ਨੇ ਅੱਗੇ ਇਹ ਵੀ ਕਿਹਾ ਸਾਡੀ ਸਰਕਾਰ ਕੈਨੇਡਾ ਵਿੱਚ ਘੱਟ ਗਿਣਤੀਆਂ ਦੇ ਬੋਲਣ ਦੇ ਅਧਿਕਾਰ ਦੀ ਰੱਖਿਆ ਲਈ ਹਮੇਸ਼ਾ ਖੜੀ ਰਹੀ ਹੈ। ਪਾਵੇਂ ਇਸ ਨਾਲ ਉਹਨਾਂ ਦੇ ਕਰੇਲੂ ਦੇਸ਼ਾਂ ਨੂੰ ਚੇੜ ਹੋਵੇ ਪਿਛਲੇ ਸਾਲ ਜਸਟਨ ਟਰੂਡੋ ਨੇ ਦੋਸ਼ ਲਾਇਆ ਸੀ ਕਿ ਕੈਨੇਡਾ ਵਿੱਚ ਭਾਰਤੀ ਏਜੰਟਾਂ ਨੇ ਹਰਦੀਪ ਸਿੰਘ ਨਿਜਰ ਦਾ ਕਤਲ ਕੀਤਾ ਸੀ ਹਾਲਾਂਕਿ ਭਾਰਤ ਨੇ ਇਨ੍ਹਾਂ ਦੇਸ਼ਾਂ ਤੋਂ ਇਨਕਾਰ ਕੀਤਾ ਸੀ ਇਨ੍ਹਾਂ ਦੇਸ਼ਾਂ ਨੇ ਦੋਹਾਂ ਦੇਸ਼ਾਂ ਵਿਚਾਲੇ ਤਣਾਅ ਪੈਦਾ ਕਰ ਦਿੱਤਾ ਸੀ ਕੈਨੇਡਾ ਦੀ ਰਾਜਨੀਤੀ ਵਿੱਚ ਵਿਦੇਸ਼ੀ ਦਖਲਅੰਦਾਜ਼ੀ ਦੇ ਦੋਸ਼ਾਂ ਦੀ ਜਾਂਚ ਕਈ মিডিਆ ਰਿਪੋਰਟਾਂ ਤੋਂ ਬਾਅਦ ਸ਼ੁਰੂ ਹੋਈ ਜਿਸ ਵਿੱਚ ਬੇਨਾਮ ਸਰੋਤਾਂ ਅਤੇ ਲੀਕ ਹੋਏ ਦਸਤਾਵੇਜ਼ਾਂ ਦਾ ਹਵਾਲਾ ਦਿੱਤਾ ਗਿਆ ਸੀ ਹਾਲਾਂਕਿ ਕੈਨੇਡੀਅਨ ਸਕਿਉਰਿਟੀ ਇੰਟੈਲੀਜੈਂਸ ਸਰਵਿਸ ਦੇ ਇੱਕ ਸੰਖੇਪ ਦਸਤਾਵੇਜ਼ ਵਿੱਚ ਕਿਹਾ ਗਿਆ ਹੈ ਕਿ ਪਿਛਲੀਆਂ ਦੋ ਸੰਗੀ ਚੋਣਾਂ ਵਿੱਚ ਦਖਲਅੰਦਾਜ਼ੀ ਭਾਰਤ ਨੇ ਨਹੀਂ ਸਗੋ ਚੀਨ ਨੇ ਗੁਪਤ ਅਤੇ ਧੋਖੇ ਨਾਲ ਕੀਤੀ ਸੀ ਟਰੂਡੋ ਆਪਣੀ ਕੈਬਨਿਟ ਦੇ ਮੈਂਬਰਾਂ ਸਿਆਸੀ ਪਾਰਟੀਆਂ ਦੇ ਨੁਮਾਇਦਿਆਂ ਖੂਫੀਆਂ ਅਧਿਕਾਰੀਆਂ ਤੇ ਸੀਨੀਅਰ ਨੌਕਰਸ਼ਾਹਾਂ ਦੀ ਕਈ ਦਿਨਾਂ ਦੀ ਗਵਾਹੀ ਤੋਂ ਬਾਅਦ ਨੈਸ਼ਨਲ ਪਬਲਿਕ ਇਨਕੁਆਇਰੀ ਦੇ ਸਾਹਮਣੇ ਪੇਸ਼ ਹੋਏ